ਹਾਂਜੀ, ਹੁਣ ਆਪਾਂ ਸੀਗੇ ਟੋਰਾਂਟੋ ਏਅਰਪੋਰਟ 'ਤੇ, ਅਤੇ ਇੱਥੋਂ ਆਪਾਂ ਚੱਲ ਰਹੇ ਹਾਂਗੇ, ਅਤੇ ਆਪਣੀ ਬੋਰਡਿੰਗ ਸਟਾਰਟ ਹੋ ਚੁੱਕੀ ਹੈ, ਤੁਸੀਂ ਦੇਖ ਸਕਦੇ ਹੋ ਸਭ ਲਾਈਨਾਂ 'ਚ ਲੱਗ ਰਹੇ ਨੇ, ਅਤੇ ਹੁਣ ਇਹ ਗਰੁੱਪ ਦੀ ਦੱਸ ਰਹੇ ਵੀ ਜੋ ਗਰੁੱਪ ਤੁਹਾਡੀ ਟਿਕਟ 'ਤੇ ਲਿਖਿਆ ਹੁੰਦਾ ਵੀ ਉਹ ਆ ਜਾਓ, ਅਤੇ ਆਪਾਂ ਗਰੁੱਪ 4 ਦੇ ਵਿੱਚ ਆ, ਤੁਸੀਂ ਦੇਖ ਸਕਦੇ ਹੋ ਗਰੁੱਪ 4 ਐਂਡ 5 ਵਾਲੀ ਇੱਧਰ ਲਾਈਨ ਹੈਗੀ, ਆਪਾਂ ਇੱਥੇ ਜਾ ਰਹੇ ਹਾਂ। ਇਹ ਭੀੜਾ ਰਸਤਾ ਜਾਂਦਾ ਜਹਾਜ਼ ਨੂੰ ਜਿੱਥੇ ਆਪਾਂ ਪਹੁੰਚਣਾ ਹੁਣ। ਅਤੇ ਆਪਾਂ ਆਪਣੀ ਸੀਟ 'ਤੇ ਪਹੁੰਚ ਚੁੱਕੇ ਹਾਂ, ਅਤੇ ਜੋ ਆਪਣਾ ਪਲੇਨ ਆ ਉਹ ਟੇਕ ਆਫ ਲਈ ਤਿਆਰ ਹੈ, ਸਭ ਆਪਣੀਆਂ ਸੀਟਸ 'ਤੇ ਬੈਠੇ ਹੋਏ ਨੇ, ਅਤੇ ਆਪਣਾ ਬ੍ਰਿਟਿਸ਼ ਏਅਰਵੇਜ਼ ਨੇ ਆਪਣਾ ਵੈਲਕਮ ਕੀਤਾ ਹੋਇਆ, ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਪਰ, ਵੈਲਕਮ ਟੂ ਦੀ ਵਰਲਡ ਟਰੈਵਲਰ, ਜੋ ਮੇਰੀ ਸੀਟ ਨੰਬਰ ਹੈ 32F, ਅਤੇ ਬ੍ਰਿਟਿਸ਼ ਏਅਰਵੇਜ਼। ਆਪਣਾ ਜੋ ਹੁਣ ਜਹਾਜ਼ ਆ ਚੱਲ ਪਿਆ ਇੱਥੋਂ ਟੋਰਾਂਟੋ ਤੋਂ, ਅਤੇ ਤੁਸੀਂ ਦੇਖ ਸਕਦੇ ਹੋ ਸਾਈਡ 'ਤੇ ਨਿਊਯੋਰਕ, ਅਤੇ ਆਪਾਂ 643 ਕਿਲੋਮੀਟਰ ਟਰੈਵਲ ਕਰ ਲਿਆ ਆ, ਅਤੇ ਹੁਣ ਆਪਾਂ ਕਿਊਬਿਕ ਸਿਟੀ ਮੋਂਟਰੀਅਲ ਪਹੁੰਚ ਚੁੱਕੇ ਹਾਂ, ਅਤੇ ਲੰਡਨ ਤੱਕ ਆਪਣਾ ਟੋਟਲ ਡਿਸਟੈਂਸ ਹੈਗਾ 5091 ਕਿਲੋਮੀਟਰ, ਅਤੇ ਆਪਾਂ ਨੂੰ ਉੱਥੇ ਪਹੁੰਚਣ 'ਤੇ ਲੱਗਣਗੇ ਅਰਾਊਂਡ 5.5 ਘੰਟੇ ਲੰਡਨ ਹੀਥਰੋ ਏਅਰਪੋਰਟ 'ਤੇ, ਅਤੇ ਜੋ ਆਪਣੀ ਪਲੇਨ ਦੀ ਸਪੀਡ ਹੈ ਉਹ ਹੈਗੀ ਹੈ 978 ਕਿਲੋਮੀਟਰ ਪਰ ਘੰਟਾ, ਅਤੇ ਜੋ ਆਪਣੇ ਕੋਲ ਟਾਈਮ ਹੋਇਆ ਸੀਗਾ ਇੱਥੇ ਟੋਰਾਂਟੋ ਦੇ ਵਿੱਚ ਉਹ ਹੈਗਾ 6:53, ਅਤੇ ਆਪਾਂ 700 ਕਿਲੋਮੀਟਰ ਹੁਣ ਤੱਕ ਟਰੈਵਲ ਕਰ ਚੁੱਕੇ ਹਾਂ, ਅਤੇ ਆਪਣੀ ਜੋ ਐਟੀਟਿਊਡ ਹੈਗਾ 11,769 ਕਿਲੋਮੀਟਰ। ਅਤੇ ਹੁਣ ਆਪਾਂ ਖੇਡਦੇ ਹਾਂ ਜਹਾਜ਼ ਵਿੱਚ ਬੈਠ ਕੇ ਮਨੋਪਲੀ, ਜੋ ਆਪਣੀ ਫੇਵਰੇਟ ਗੇਮ ਹੈ, ਵਧੀਆ ਇੱਥੇ 4-5 ਘੰਟੇ ਟਾਈਮ ਪਾਸ ਬਹੁਤ ਵਧੀਆ ਹੁੰਦਾ, ਅਸੀਂ ਖੇਡਦੇ ਹੁੰਦੇ ਸੀਗੇ ਉੱਥੇ ਬੈਠੇ, ਜਦੋਂ ਫ੍ਰੀ ਟਾਈਮ ਹੁੰਦਾ ਸੀਗਾ। ਇਸ ਤੋਂ ਬਾਅਦ ਹੁਣ ਆਪਣੇ ਆ ਜਾਂਦੇ ਮੀਲ ਦੀ ਗੱਲ, ਜੇ ਤੁਸੀਂ ਆਪਾਂ ਨੂੰ ਦੇਖੋ ਵੀ ਆਪਾਂ ਨੂੰ ਵੈਜੀ ਮੀਲ ਪ੍ਰੋਵਾਈਡ ਕੀਤਾ ਹੋਇਆ ਉਹਨਾਂ ਨੇ, ਗੋਭੀ ਹੈ, ਚੌਲ ਹੈ, ਮੂੰਗੀ ਦਾਲ ਹੈ, ਅਤੇ ਕੁਕੀ ਸੀਗੀ ਤੁਸੀਂ ਦੇਖ ਸਕਦੇ ਹੋ, ਨਾਲ ਕੋਕ ਪਿਆ ਆ। ਅਤੇ ਇਹ ਆਪਾਂ ਹੁਣ ਜਾ ਰਹੇ ਹਾਂਗੇ YYZ ਟੋਰਾਂਟੋ ਤੋਂ ਮੋਂਟਰੀਅਲ ਹੁੰਦੇ ਹੋਏ ਲੰਡਨ ਯੂਨਾਈਟਿਡ ਕਿੰਗਡਮ, ਅਤੇ ਆਪਾਂ ਪਹੁੰਚ ਚੁੱਕੇ ਹਾਂ, 5 ਮਿੰਟ ਰਹਿ ਗਏ ਆਪਣੀ ਲੈਂਡਿੰਗ ਹੋਣ ਦੇ। ਅਤੇ ਇਸ ਤੋਂ ਬਾਅਦ ਹੁਣ ਤੁਸੀਂ ਦੇਖ ਸਕਦੇ ਹੋ ਆਪਾਂ ਪੀੜੇ ਰਾਸਤੇ ਵਿੱਚ ਦੀ ਹੁੰਦੇ ਹੋਏ ਹੁਣ ਆਪਾਂ ਹੀਥਰੋ ਏਅਰਪੋਰਟ ਲੰਡਨ ਦੇ ਵਿੱਚ ਐਂਟਰ ਹੋਵਾਂਗੇ, ਮਤਲਬ ਹੋ ਚੁੱਕੇ ਹਾਂ, ਅਤੇ ਤੁਹਾਨੂੰ ਦਿਖਾਵਾਂਗੇ ਵੀ ਕਿੰਨਾ ਕੁ ਵੱਡਾ ਏਅਰਪੋਰਟ ਆ, ਅਤੇ ਇੱਥੇ ਤੁਹਾਨੂੰ ਕੀ ਕੁਛ ਮਿਲਦਾ, ਤੁਸੀਂ ਕਿੱਥੇ ਬੈਠ ਸਕਦੇ ਹੋ, ਅਤੇ ਬਹੁਤ ਜ਼ਿਆਦਾ ਭੀੜ ਆ ਇੱਥੇ। ਜਿੱਦਾਂ ਸਾਈਡ 'ਤੇ ਵਾਲਪੇਪਰਸ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ, ਮਹਾਰਾਣੀ ਦੇ ਵੀ ਲੱਗੇ ਹੋਏ ਨੇ ਉੱਥੇ ਕਾਫੀ ਪਿੱਛੇ, ਅਤੇ ਇਹ ਓਲੰਪਿਕਸ ਦੇ ਲੱਗੇ ਹੋਏ ਨੇ, ਇਹ ਤਾਂ ਸਾਰੇ ਵਾਲਸ 'ਤੇ ਲੱਗੇ ਹੋਏ ਨੇ ਤਾਂ ਵਾਲਪੇਪਰਸ। ਹਾਂਜੀ, ਤੁਸੀਂ ਦੇਖ ਸਕਦੇ ਹੋ ਇਹ ਹੈ ਲੰਡਨ ਦਾ ਹੀਥਰੋ ਏਅਰਪੋਰਟ, ਅਤੇ ਇਹ 2022 ਦਾ ਬਿਜ਼ੀਐਸਟ ਏਅਰਪੋਰਟ ਸੀਗਾ, ਅਤੇ 2023 ਦਾ ਸਭ ਤੋਂ ਵੱਧ ਕਨੈਕਸ਼ਨਸ ਫਲਾਈਟਸ ਇੱਥੋਂ ਸੀਗੀਆਂ, ਅਤੇ 2022 ਦਾ ਸਭ ਤੋਂ ਇਹ ਯੂਰਪ ਦਾ ਬਿਜ਼ੀਐਸਟ ਏਅਰਪੋਰਟ ਹੈਗਾ, ਬਹੁਤ ਵੱਡਾ ਏਅਰਪੋਰਟ ਹੈ, ਅਤੇ ਇਸ ਦੀਆਂ ਸਭ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ। ਹਾਂਜੀ, ਹੁਣ ਆਪਾਂ ਹੀਥਰੋ ਏਅਰਪੋਰਟ 'ਤੇ ਪਹੁੰਚ ਚੁੱਕੇ ਹਾਂ, ਅਤੇ ਆਪਾਂ ਇੱਥੇ ਦੇਖਦੇ ਜਾਂਦੇ ਸੀਗੇ ਆਪਣਾ ਜੋ ਡਿਊਟੀ ਫ੍ਰੀ ਹੈਗਾ ਜਾਂ ਕੁਛ ਆਪਾਂ ਬਾਏ ਕਰਨਾ, ਅਤੇ ਆਪਣਾ ਗੇਟ ਹੈਗਾ B43, ਅਤੇ ਆਪਾਂ ਇੱਧਰ ਚੱਲਦੇ ਹਾਂ ਚੱਲ ਕੇ ਤੁਰ ਕੇ, ਬਹੁਤ ਜ਼ਿਆਦਾ ਰਸ਼ ਅੱਜ ਹੋ ਗਿਆ ਕਿਉਂਕਿ ਅੱਜ ਹੋ ਗਿਆ ਇੱਥੇ ਫਰਾਈਡੇ, ਵੀਕਐਂਡ ਆ ਗਿਆ ਬਸ। ਗੇਟ B43 'ਤੇ ਪਹੁੰਚ ਚੁੱਕੇ ਆਪਾਂ, ਅਤੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇਹ ਆਪਾਂ ਟ੍ਰਾਂਸਿਟ ਲੈ ਕੇ ਆਏ ਸੀਗੇ ਜਿਹੜੀ ਆਪਾਂ ਨੂੰ ਗੇਟ A ਤੋਂ ਗੇਟ B ਤੱਕ ਲੈ ਕੇ ਆਈ ਆ,
ਇੱਕ ਮਿੰਟ 'ਚ ਲਈ ਵੀ ਜ਼ਿਆਦਾ ਟਾਈਮ ਨਹੀਂ ਲੱਗਿਆ ਅਤੇ ਹੁਣ ਆਪਾਂ ਆਪਣੇ ਗੇਟ ਕੋਲ ਚੱਲ ਗਏ ਅਤੇ ਬੋਰਡਿੰਗ ਹੋਣੀ ਆ ਅਤੇ ਆਪਾਂ ਘੰਟਾ ਡੇਢ ਘੰਟਾ ਰਹਿ ਗਿਆ ਅਤੇ 2 ਘੰਟੇ ਆਪਾਂ ਨੈਪ ਲੈ ਲਈ ਸੀਗੀ ਅਤੇ 2 ਰਸਤੇ ਸੀਗੇ ਆਪਾਂ ਲਿਫਟ ਦੇ ਥਰੂ ਵੀ ਉੱਪਰ ਜਾ ਸਕਦੇ ਸੀਗੇ ਅਤੇ ਆਪਾਂ ਇੱਦਾਂ ਵੀ ਉੱਪਰ ਜਾ ਸਕਦੇ ਸੀਗੇ ਬਸ ਅਤੇ ਬਟ ਆਪਾਂ ਇੱਧਰ ਜਾ ਰਹੇ ਹਾਂ ਹੁਣ ਹੁਣ ਆਪਾਂ ਪਹੁੰਚਾਂਗੇ ਆਪਣੇ ਗੇਟ ਕੋਲ ਜੋ ਹੈ B 43 ਹੈ ਵੈਸੇ ਬਟ ਉੱਥੇ B 30 ਤੋਂ ਔਰ ਪਰ ਆਪਾਂ ਪਹੁੰਚ ਰਹੇ ਹਾਂ ਗੇਟ B 32 ਤੋਂ B 48 ਤੱਕ ਸਾਰੇ ਬ੍ਰਿਟਿਸ਼ ਏਅਰਵੇਜ਼ ਜਹਾਜ਼ ਖੜ੍ਹੇ ਆ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਜੀ ਲੰਡਨ ਦਾ ਹੀਥਰੋ ਏਅਰਪੋਰਟ ਬਹੁਤ ਵੱਡਾ ਏਅਰਪੋਰਟ ਹੈ ਅਤੇ ਏਅਰਪੋਰਟ 3 ਬਿਲਡਿੰਗਸ ਵਿੱਚ ਵੰਡਿਆ ਹੋਇਆ ਜੋ ਤੁਸੀਂ ਸਾਹਮਣੇ ਬਿਲਡਿੰਗ ਦੇਖ ਰਹੇ ਹੋ ਇਹ ਹੈਗੀ ਹੈ ਸੀ ਜਿੱਥੇ ਮੈਂ ਖੜ੍ਹਾ ਹੋਇਆ ਹੈਗਾ ਹੁਣ ਇਹ ਹੈਗੀ ਬਿਲਡਿੰਗ ਬੀ ਅਤੇ ਜੋ ਮੇਰੇ ਇਸ ਤੋਂ ਅੱਗੇ ਆਏਗੀ ਉਹ ਹੈਗੀ ਬਿਲਡਿੰਗ 1 ਅਤੇ ਇਹਨਾਂ 3 ਬਿਲਡਿੰਗਸ ਨੂੰ ਟ੍ਰਾਂਸਿਟ ਜੋੜਦੀ ਆ ਉਹ ਤੁਸੀਂ ਵਾਕ ਵੀ ਆ ਸਕਦੇ ਹੋ ਅਤੇ ਬਟ ਇਹ ਟ੍ਰਾਂਸਿਟ ਜੋੜਦੀ 3 ਬਿਲਡਿੰਗਸ ਨੂੰ ਇੱਦਾਂ ਅਤੇ ਹੁਣ ਆਪਾਂ ਆਪਣੇ ਗੇਟ ਕੋਲ ਪਹੁੰਚ ਚੁੱਕੇ ਹਾਂ ਜੋ ਹੈ B 43 ਅਤੇ ਆਪਣਾ ਪਲੇਨ ਇੱਧਰ ਲੈਫਟ ਸਾਈਡ 'ਤੇ ਖੜ੍ਹਾ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਪਲੇਨ ਆ ਜਿਸ ਦੇ ਵਿੱਚ ਆਪਾਂ ਇੱਥੋਂ ਲੰਡਨ ਤੋਂ ਦਿੱਲੀ ਲਈ ਰਵਾਨਾ ਹੋਵਾਂਗੇ ਅਤੇ ਆਪਣਾ ਸਮਾਨ ਵਗੈਰਾ ਇੱਥੇ ਸਾਰਾ ਰੱਖ ਰਹੇ ਨੇ ਉਹ ਅਤੇ ਹੁਣ ਆਪਣੀ ਜੋ ਬੋਰਡਿੰਗ ਹੋਣ ਤੋਂ ਬਾਅਦ ਆਪਾਂ ਆਪਣੇ ਪਲੇਨ ਵੱਲ ਜਾ ਰਹੇ ਹਾਂਗੇ ਅਤੇ ਦੇਖ ਸਕਦੇ ਹੋ ਹੁਣ ਆਪਾਂ ਆਪਣੀ ਸੀਟ 'ਤੇ ਜਾ ਕੇ ਬੈਠਦੇ ਹਾਂ ਅਤੇ ਇਹ ਇੱਥੋਂ ਰਾਸਤਾ ਆ ਜੋ ਡਿਪਾਰਚਰ ਲਈ ਹੋ ਰਿਹਾ ਹੈਗਾ ਅਤੇ ਸੇਮ ਹੀ ਉਹ ਪੀੜੇ ਰਾਸਤੇ ਵਿੱਚ ਦੀ ਹੁੰਦੇ ਹੋਏ ਆਪਾਂ ਆਪਣੇ ਜਹਾਜ਼ ਦੇ ਵਿੱਚ ਐਂਟਰ ਹੋਵਾਂਗੇ ਅਤੇ ਆਪਣੀ ਸੀਟ 'ਤੇ ਬੈਠਾਂਗੇ ਅਤੇ ਤੁਸੀਂ ਦੇਖ ਸਕਦੇ ਹੋ ਬ੍ਰਿਟਿਸ਼ ਏਅਰਵੇਜ਼ ਦਾ ਜੇ ਜਹਾਜ਼ ਹੈ ਜੋ ਆਪਾਂ ਨੂੰ ਲੰਡਨ ਤੋਂ ਦਿੱਲੀ ਲੈ ਕੇ ਜਾਵੇਗਾ ਅਤੇ ਲੰਡਨ ਤੋਂ ਚੱਲਣ ਤੋਂ ਬਾਅਦ ਆਪਾਂ ਤੁਸੀਂ ਦੇਖ ਸਕਦੇ ਹੋ ਅਫਗਾਨਿਸਤਾਨ ਦੀ ਵੇਦੀ ਹੁੰਦੇ ਹੋਏ ਪਾਕਿਸਤਾਨ ਵੇਦੀ ਹੁੰਦੇ ਹੋਏ ਅਤੇ ਆਪਾਂ ਦਿੱਲੀ ਪਹੁੰਚਾਂਗੇ ਹੁਣ ਅਤੇ ਬਸ ਪਹੁੰਚਣ ਵਾਲੇ ਹਾਂ 2 ਘੰਟੇ ਵਿੱਚ ਆਪਣੀ ਲੈਂਡਿੰਗ ਆ We will shortly pause our flight entertainment to share with you a short video. Here at British Airways, we are very proud to have a long-standing charity partnership with Comic Relief called Flying Start. Together, customers and colleagues have raised over £27 million to help children and young people living... ...that you have to make sure that your electronic yantra seat will not be made in your seat. If your electronic yantra seat will not be made in your seat, then you will try to make sure that your seat ਅਤੇ ਤੁਸੀਂ ਦੇਖ ਸਕਦੇ ਹੋ ਇਹ ਬਠਿੰਡਾ ਬਰਨਾਲਾ ਬੇਦੀ ਹੁੰਦਾ ਹੋਇਆ ਵਿਚਾਲ ਦੀ ਹੁੰਦਾ ਹੋਇਆ ਨਾ ਉੱਧਰ ਨਾ ਉੱਧਰ ਅਤੇ ਆਪਾਂ ਦਿੱਲੀ ਪਹੁੰਚ ਰਹੇ ਹਾਂ ਅਤੇ ਬਸ ਇੱਥੋਂ ਘੰਟਾ ਕੁ ਲੱਗੇਗਾ ਦਿੱਲੀ ਪਹੁੰਚਣ ਲਈ ਅਤੇ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਦਿੱਲੀ 'ਚ ਪਹੁੰਚ ਚੁੱਕੇ ਹਾਂ ਨੋਇਡਾ ਤੋਂ ਉੱਤੋਂ ਦੀ ਫੇਰਾ ਪਾਉਂਦਾ ਹੋਇਆ ਅਤੇ ਏਅਰਪੋਰਟ ਵੱਲ ਜਾਂਦਾ ਹੋਇਆ ਇੱਥੇ ਲੈਂਡ ਹੋਵੇਗਾ ਹੁਣ ਦਿੱਲੀ ਏਅਰਪੋਰਟ ਕਾ ਸਾਡੇ ਵੀ ਇੱਦਾਂ ਕੋਈ ਬੋਰਡ ਫੜ ਕੇ ਖੜ੍ਹਾ ਹੁੰਦਾ ਕੋਈ ਗੱਲ ਨਹੀਂ ਇੱਕ ਦਿਨ ਖੜ੍ਹਾ ਹੋਊਗਾ ਕੋਈ ਵੀ ਬੰਦਾ ਖੜ੍ਹਾ ਹੋਊ ਅਤੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਦਿੱਲੀ ਏਅਰਪੋਰਟ ਅਤੇ ਤੁਸੀਂ ਦੇਖ ਸਕਦੇ ਹੋ ਬਾਅਦ ਮੈਂ ਆਪਣਾ ਸਵਾਗਤ ਹੈ ਵੈਲਕਮ ਟੂ ਇੰਡੀਆ ਦਿੱਲੀ ਏਅਰਪੋਰਟ ਅਤੇ ਹੁਣ ਆਪਾਂ ਪਹਿਲਾਂ ਵਾਈਫਾਈ ਇੱਥੋਂ ਚਲਾਵਾਂਗੇ ਪਾਸਪੋਰਟ ਰੱਖ ਕੇ ਸਕੈਨ ਕਰਕੇ ਆਪਾਂ ਇੱਥੋਂ ਵਾਈਫਾਈ ਆਪਣਾ ਪਾਸਵਰਡ ਲੈਣਾ ਆ ਅਤੇ ਉਸ ਤੋਂ ਬਾਅਦ ਵਾਈਫਾਈ ਚਲਾਉਣ ਤੋਂ ਬਾਅਦ ਆਪਾਂ ਆਪਣੇ ਬੈਗੇਜ ਵੱਲ ਜਾਵਾਂਗੇ ਜਿੱਥੇ ਆਪਣੇ ਬੈਗੇਜ ਆਉਣਗੇ ਅਤੇ ਤੁਸੀਂ ਦੇਖ ਸਕਦੇ ਹੋ ਸਾਰੀ ਲਾਈਨ ਦੇ ਵਿੱਚ ਆਪਣੇ ਜੋ ਇਹ ਬੈਗ ਆ ਰਹੇ ਨੇ ਇੱਥੋਂ ਆਪਾਂ ਚੂਜ਼ ਕਰਨਾ ਹੁੰਦਾ ਵੀ ਆਪਣਾ ਕਿਹੜਾ ਬੈਗ ਹੈ ਕਿਹੜੇ ਕਲਰ ਦਾ ਬੈਗ ਆ
ਤੋਂ ਆਪਾਂ ਯਾਦ ਰੱਖਣਾ ਹੁੰਦਾ ਹੈਗਾ। ਜੋ ਆਪਣਾ ਬੈਗ ਆ ਰਿਹਾ ਉਹ ਤੁਸੀਂ ਦੇਖ ਸਕਦੇ ਹੋ, ਉਹ ਸੀ ਜੋ ਬਰਾਊਨ ਰੰਗ ਦਾ, ਦੇਖੋ ਬਾਕੀ ਸਾਰੇ ਬੈਗ ਥੱਲੇ ਹੋਏ ਨੇ, ਉਹ ਇਕੱਲੇ ਹੀ ਖੜ੍ਹਾ ਹੈਗਾ। ਅਤੇ ਹੁਣ ਆਪਾਂ ਉਹ ਬੈਗ ਇੱਥੋਂ ਪਿੱਕ ਕਰਕੇ ਆਪਣੇ ਜੋ ਵੀ ਦੋ ਤਿੰਨ ਜਾਂ ਬੈਗ ਜਿੰਨੇ ਵੀ ਹੁੰਦੇ ਨੇ ਉਹ ਇੱਥੋਂ ਬੈਗ ਪਿੱਕ ਕਰਕੇ ਆਪਾਂ ਅਤੇ ਇੱਥੋਂ ਐਗਜ਼ਿਟ ਵੱਲ ਚੱਲ ਜਾਣਾ ਆ। ਇਹ ਬੈਗਾਂ 'ਤੇ ਟਾਈਮ ਲੱਗ ਜਾਂਦਾ, ਕਦੇ ਜਲਦੀ ਵੀ ਆ ਜਾਂਦੇ ਨੇ, ਕਦੇ ਡੇਢ ਦੋ ਘੰਟਾ ਵੀ ਲੱਗ ਜਾਂਦੇ ਨੇ। ਆਪਣੇ ਬੈਗ ਲਗੇਜ ਪਿੱਕ ਕਰਨ ਤੋਂ ਬਾਅਦ ਆਪਾਂ ਡਿਊਟੀ ਫ੍ਰੀ ਹੁੰਦੇ ਹੋਏ ਇੱਕ ਦੋ ਬੋਤਲਾਂ ਲੈਂਦੇ ਹੋਏ ਅਤੇ ਪਰਫਿਊਮ ਬਾਏ ਕਰਦੇ ਹੋਏ ਅਤੇ ਆਪਾਂ ਹੁਣ ਵੇ ਆਊਟ ਨਿਕਾਸ ਵੱਲ ਬਾਹਰ ਆ ਚੁੱਕੇ ਹਾਂ। ਅਤੇ ਹੁਣ ਇਹ ਹੈਗਾ ਇੰਡੋ ਕੈਨੇਡੀਅਨ ਦਾ ਦਫ਼ਤਰ ਇੱਥੇ ਟਰਮੀਨਲ 17 ਦੇ ਉੱਤੇ। ਤੁਸੀਂ ਇੱਥੋਂ ਬੱਸ ਲੈ ਕੇ ਆਲ ਓਵਰ ਪੰਜਾਬ ਦੇ ਵਿੱਚ ਕਿਤੇ ਵੀ ਜਾ ਸਕਦੇ ਹੋ। ਜੋ ਉਹਦੀ ਫੀਸ ਹੈਗੀ ਹੈ 2200-2500 ਹੁੰਦੀ ਹੈ ਅਕੋਰਡਿੰਗ ਟੂ ਯੂਰ ਡੈਸਟੀਨੇਸ਼ਨ। ਅਤੇ ਬਿਲਕੁਲ ਹੀ ਕੋਰਨਰ 'ਤੇ ਹੈ ਏਅਰਪੋਰਟ ਦੇ ਅਤੇ ਬਹੁਤ ਠੰਡ ਸੀ, ਬਹੁਤ ਧੁੰਦ ਸੀਗੀ। ਅਤੇ ਆਪਾਂ ਇੱਥੇ ਨੈਸਕੈਫੇ ਦੀ ਕੌਫੀ ਬਾਏ ਕੀਤੀ, ਇਹ ਸੀਗੀ $110 ਦੀ, ਜੋ ਕਿ ਬਹੁਤ ਮਹਿੰਗੀ ਆ। ਅਤੇ ਆਪਣੀ ਬੱਸ ਖੜ੍ਹੀ ਹੋਈ ਆ, ਹੁਣ ਆਪਾਂ ਸਮਾਨ ਰੱਖ ਰਹੇ ਹਾਂ ਇੱਥੇ। ਇਹ ਬੱਸ ਚੱਲਦੀ ਆ ਬਠਿੰਡਾ ਨੂੰ ਸੁਬਾਹ 7 ਵਜੇ। ਅਤੇ ਆਪਾਂ ਦਿੱਲੀ ਤੋਂ ਹੁੰਦੇ ਹੋਏ ਧੁੰਦ ਦੇਖਦੇ ਹੋਏ, ਜੋ ਕਿ ਬਹੁਤ ਜ਼ਿਆਦਾ ਧੁੰਦ ਸੀਗੀ, ਬਹੁਤ ਜ਼ਿਆਦਾ ਠੰਡ ਸੀ, ਪਰ ਜੋ ਨੈਸਕੈਫੇ ਦੀ ਚਾਹ ਸੀ ਉਹਨੇ ਬਹੁਤ ਸਵਾਦ ਸੀ, ਲੈਚੀ ਵਾਲੀ ਚਾਹ ਸੀ ਉਹ। ਅਤੇ ਹੁਣ ਆਪਾਂ ਇੱਥੋਂ ਹੁੰਦੇ ਹੋਏ ਆਪਾਂ ਆਪਣੇ ਘਰ ਵੱਲ ਪਹੁੰਚ ਰਹੇ ਹਾਂ। ਸ਼ਾਇਦ ਆਪਾਂ 1 ਵਜੇ ਪਹੁੰਚੀਏ ਜਾਂ 2 ਵਜੇ ਪਹੁੰਚੀਏ, ਇਹ ਡਿਪੈਂਡ ਕਰਦਾ ਹੁਣ ਧੁੰਦ 'ਤੇ ਅਤੇ ਰਸਤੇ 'ਤੇ ਵੀ, ਰਸਤੇ ਆਪਾਂ ਨੂੰ ਕੀ ਕੁਛ ਮਿਲਦਾ ਆ। ਅਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਲੋਕ ਬਹੁਤ ਬਿਜ਼ੀ ਨੇ, ਆਪਣੇ ਘਰਾਂ ਵੱਲ ਜਾ ਰਹੇ ਨੇ, ਆਪਣੇ ਕੰਮਾਂ ਵੱਲ ਜਾ ਰਹੇ ਨੇ। ਅੱਜ ਹੈਗਾ ਸ਼ਨੀਵਾਰ ਦਾ ਦਿਨ ਅਤੇ ਧੁੰਦ ਬਹੁਤ ਸੰਘਣੀ, ਟਰੱਕ ਕਾਰਾਂ ਬੱਸ ਟੈਂਪੂ ਚੱਲਦੇ ਹੋਏ। ਅਤੇ ਇਸ ਤੋਂ ਬਾਅਦ ਹੁੰਦੇ ਹੋਏ ਆਪਾਂ ਪਹੁੰਚ ਚੁੱਕੇ ਹਾਂ ਹੁਣ ਹਵੇਲੀ, ਜਿੱਥੇ ਆਪਾਂ ਪਰੌਂਠੇ ਖਾਵਾਂਗੇ, ਚਾਹ ਪੀਵਾਂਗੇ ਅਤੇ ਦੇਖਦੇ ਹਾਂ। ਹਵੇਲੀ ਪਹੁੰਚਣ ਤੋਂ ਬਾਅਦ ਆਪਾਂ ਇੱਥੇ ਔਡਰ ਕੀਤੇ ਪਰਾਂਠੇ, ਮਿਕਸ ਵੈਜ ਪਰਾਂਠੇ ਔਡਰ ਕੀਤੇ, ਜੋ ਸੀਗੇ $110 ਦਾ ਇੱਕ। ਅਤੇ ਆਪਾਂ ਇੱਥੇ ਦੋ ਖਾ ਲਏ ਨੇ ਅਤੇ ਨਾਲ ਪੀ ਲਈਏ ਚਾਹ। ਅਤੇ ਹੁਣ ਇੱਥੋਂ ਚੱਲਦੇ ਹਾਂ ਆਪਾਂ ਆਪਣੇ ਘਰ ਵੱਲ। ਰਸਤੇ ਵਿੱਚ ਆਪਾਂ ਨੂੰ ਟੋਲ ਪਲਾਜ਼ਾ ਆ ਜਾਂਦਾ, ਜਿੱਥੇ ਬਹੁਤ ਜ਼ਿਆਦਾ ਭੀੜ ਹੁੰਦੀ ਆ। ਅਤੇ ਇੱਥੋਂ ਹੁੰਦੇ ਹੋਏ ਆਪਾਂ ਹੁਣ ਸਿੱਧੇ ਆਪਾਂ ਚੱਲ ਰਹੇ ਘਰ ਵੱਲ ਨੂੰ। ਤੁਸੀਂ ਦੇਖ ਸਕਦੇ ਹੋ ਮੈਂ ਬਹੁਤ ਐਕਸਾਈਟਡ ਹਾਂ, ਖੁਸ਼ ਹਾਂ ਆਪਣੀ ਫੈਮਿਲੀ ਨੂੰ ਮਿਲਣ ਲਈ। ਚੱਕਦੇ ਨੇ ਫੱਟੇ, ਆਪਾਂ ਪਹੁੰਚ ਰਹੇ ਹਾਂ ਹੁਣ ਆਪਣੇ ਘਰ ਵੱਲ। ਜੋ ਆਪਣਾ ਘਰ ਹੈ ਸਿਰਫ ਅੱਧੇ ਘੰਟੇ ਦੂਰ 'ਤੇ ਰਹਿ ਚੁੱਕਿਆ ਹੁਣ। ਅਤੇ ਆਪਾਂ ਇੱਥੇ ਜਾ ਰਹੇ ਹਾਂ, ਹੁਣ ਥੋੜ੍ਹੀ ਧੁੰਦ ਜੋ ਘੱਟ ਚੁੱਕੀ ਆ ਅਤੇ ਦੁਪਹਿਰ ਦੇ 3 ਵੱਜ ਚੁੱਕੇ ਨੇ। ਅਤੇ ਹੁਣ ਮੈਂ ਫਾਈਨਲੀ ਘਰ ਪਹੁੰਚ ਚੁੱਕਿਆ ਹਾਂ ਅਤੇ ਮੈਂ ਆਪਣੇ ਫਾਦਰ ਸਾਹਿਬ ਨੂੰ ਤੁਸੀਂ ਦੇ ਸਕਦੇ ਹੋ ਮਿਲ ਰਿਹਾ। ਲਵ ਯੂ ਫਾਦਰ ਸਾਹਿਬ। ਪਾਪਾ ਮੇਰੀ ਜਾਨ।